ਜ਼ਮੀਨਾਂ ਦੇ ਮਾਲਕੀ ਹੱਕ ਦਵਾ ਕੇ ਰਾਂਗੇ। ਮਾਤਾ ਪਿਤਾ ਬਣਨਾ ਅਜੇ ਵੀ ਤੁਹਾਡਾ ਸੁਪਨਾ ਹੈ? ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ। ਮੁਫਤ ਸਲਾਹ ਲਈ ਕਾਲ ਕਰੋ 9953923945 ਤੇ। ਆਜ਼ਾਦੀ ਦਿਹਾੜੇ ਮੌਕੇ ਇੱਕ ਪਾਸੇ ਕੈਬਨਿਟ ਮੰਤਰੀ ਬਲਜੀਤ ਕੌਰ ਤਿਰੰਗਾ ਝੰਡਾ ਲਹਿਰਾਉਣ ਬਰਨਾਲਾ ਪੁੱਜੀ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰਨ ਪਹੁੰਚੀਆਂ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਕਿਸਾਨਾਂ ਨੇ ਕਾਲੀਆਂ ਝੰਡੀਆਂ ਲੈ ਕੇ ਤੇ ਨਾਅਰੇਬਾਜ਼ੀ ਕਰਕੇ ਵਿਰੋਧ ਜ਼ਾਹਰ ਕੀਤਾ। ਮਸਲਾ ਮਾਨਸਾ ਦੇ ਪਿੰਡ ਕੁਲਰੀਆਂ ਦੀ ਜ਼ਮੀਨ ਵਿਵਾਦ ਦਾ ਹੈ, ਜਿਸ ਨੂੰ ਕਿਸਾਨ ਜਲਦ ਹੱਲ ਕਰਵਾਉਣ ਦੀ ਮੰਗ ਕਰ ਰਹੇ ਨੇ। ਅਸੀਂ ਅੱਜ ਕਾਲੇ ਝੰਡੇ ਲੈ ਕੇ ਪ੍ਰੋਟੈਸਟ ਕਰ ਰਹੇ ਹਾਂ, ਇਸ ਕਰਕੇ ਵੀ ਸਾਨੂੰ ਕਿਸਾਨਾਂ ਨੂੰ ਜਾਂ ਕਿਰਤੀ ਲੋਕਾਂ ਨੂੰ ਆਜ਼ਾਦੀ ਹੈ ਨਹੀਂ। ਆਜ਼ਾਦੀ ਦਾ ਨਿੱਘ ਜਾਣ ਦੀ ਕੁਛ ਲੋਕ ਆ ਜਿਹੜੇ ਮਾਣਦੇ ਆ, ਚਾਹੇ ਉਹ ਮੰਤਰੀ ਆ ਚਾਹੇ ਵੱਡੇ ਸੰਤਰੀ ਹੈ, ਉਹ ਆਜ਼ਾਦੀ ਦਾ ਨਿੱਘ ਮਾਣਦੇ ਆ। ਅਸੀਂ ਇਸ ਕਰਕੇ ਇੱਥੇ ਆਏ ਹਾਂ। ਮਸਲਾ ਇਹ ਹੈ ਵੀ ਪਿਛਲੇ ਲਗਭਗ ਸਵਾ ਸਾਲ ਡੇਢ ਸਾਲ ਤੋਂ ਅਸੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਦੇ ਵਿੱਚ ਜਿਹੜੀ ਬੱਚਤ ਦੀ ਜ਼ਮੀਨ ਆ ਉਹਦਾ ਸੰਘਰਸ਼ ਲੜ ਰਹੇ ਹਾਂ, ਕਿਉਂਕਿ ਬੱਚਤ ਦੀ ਜ਼ਮੀਨ ਲੋਕਾਂ ਤੋਂ ਖੋਹਣੀ ਚਾਹੀਦੀ। ਉੱਥੋਂ ਦੇ ਗੁੰਡੇ ਸਰਪੰਚ ਨੇ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਜਾਅਲੀ ਬੋਲੀ ਕਰਕੇ ਉਹ ਮਤਲਬ ਲੋਕਾਂ ਤੋਂ ਜ਼ਮੀਨ ਹਥਿਆਉਣੀ ਚਾਹੀਦੀ, ਜਿਹੜੀ ਜ਼ਮੀਨ ਤਿੰਨ ਤਿੰਨ ਚਾਰ ਚਾਰ ਕਨਾਲਾਂ ਆਮ ਲੋਕਾਂ ਕੋਲ ਉਹ ਹੈਗੀਆਂ ਨੇ, 60 ਸਾਲ ਤੋਂ ਲੋਕ ਕਾਬਜ਼ਾ। ਜਿਹੜਾ ਆਮ ਆਦਮੀ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਹੈ, ਕਿਉਂਕਿ ਜਦ DC ਪ੍ਰਸ਼ਾਸਨ ਮੰਨਦਾ ਵੀ ਸਾਡੀ ਗੱਲ ਠੀਕ ਹੈ, ਫਿਰ ਜਿਹੜਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਪ੍ਰਿੰਸੀਪਲ ਬੋਧਰਾਮ, ਉਹਨੇ ਨੱਕ ਦਾ ਸਵਾਲ ਬਣਾਇਆ ਹੋਇਆ, ਕਿਉਂਕਿ ਜਿਹੜਾ ਗੁੰਡਾ ਸਰਪੰਚ ਹੈ ਉਹਦੇ ਨਾਲ ਘੁੰਮਦਾ, ਉਹ ਗੁੰਡਿਆਂ ਦੀ ਫੌਜ ਰੱਖੀ ਹੋਈ ਹੈ MLA ਨੇ, ਤਾਂ ਫਿਰ ਉਹਨੂੰ ਇਹ ਆ ਵੀ ਨੱਕ ਦਾ ਸਵਾਲ ਹੈ। ਜੇ ਕਿਸਾਨ ਉਹਦੇ ਵਿੱਚ ਵੜ ਗਏ ਤਾਂ ਮੇਰੀ ਬਹੁਤ ਬੇਇੱਜ਼ਤੀ ਹੈ। ਸਾਡੀ ਪੰਜਾਬ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਅਪੀਲ ਆ ਵੀ ਕਿਸਾਨਾਂ ਨੂੰ ਉਹਦੇ ਵਿੱਚ ਵੜਦੇ ਕੀਤਾ ਜਾਵੇ, ਇਨਸਾਫ ਮਿਲੇ ਕਿਸਾਨਾਂ ਨੂੰ, ਨਹੀਂ ਤਾਂ ਫਿਰ ਇਹ ਸੰਘਰਸ਼ ਜਾਰੀ ਰਹੂਗਾ। ਮੂਹਰੇ ਪੰਚਾਇਤੀ ਚੁਣਾਵਾਂ ਆਉਂਦੀਆਂ, ਜਲੰਧਰ ਵਾਲਾ ਅਸੀਂ ਪ੍ਰੋਟੈਸਟ ਰੱਦ ਕਰ ਲਿਆ ਸੀ, ਉਦੋਂ ਕਹਿੰਦੇ ਠੀਕ ਕਰ ਦੇਵੇ। ਹਾਂਜੀ, ਮੰਤਰੀ ਦਾ ਅੱਜ ਘਿਰਾਓ ਕੀਤਾ ਜਾਊਗਾ? ਮੈਂ ਪ੍ਰੋਟੈਸਟ ਕਰਨ ਦਾ, ਸਾਡਾ ਮੰਤਰੀ ਦਾ ਘਿਰਾਓ, ਮੰਤਰੀ ਜੇ ਇੱਧਰ ਦੀ ਆਪ ਤਾਂ ਘੇਰ ਲਾਂਗੇ, ਇੱਧਰ ਨੂੰ ਨਹੀਂ ਲੰਘਣ ਦਿੰਦੇ ਮੰਤਰੀ ਨੂੰ, ਹੋਰ ਕਿਸੇ ਪਾਸੇ ਦੀ। ਅਸੀਂ ਲੋਕਾਂ ਨੂੰ ਦੱਸ ਰਹੇ ਵੀ ਆਜ਼ਾਦੀ ਕੀ ਹੈ, ਮੰਤਰੀਆਂ ਨੂੰ ਤਾਂ ਪਹਿਲਾਂ ਵੀ ਪਤਾ ਵੀ ਅਸੀਂ ਲੋਕਾਂ ਨੂੰ ਆਜ਼ਾਦੀ ਦਿੱਤੀ ਨਹੀਂ ਹੋਈ, ਆਮ ਲੋਕ ਆ ਜਿਹੜੇ ਉਹ ਮਤਲਬ ਇਸ ਨੂੰ ਦੇਖ ਰਹੇ ਨੇ, ਜਿਹੜਾ ਕਾਲੇ ਝੰਡਿਆਂ ਦਾ ਮਤਲਬ ਪ੍ਰਦਰਸ਼ਨ ਹੈ। ਸਰਕਾਰ ਨੂੰ ਤਾਂ ਪਹਿਲਾਂ ਹੀ ਪਤਾ ਵੀ ਲੋਕਾਂ ਨੂੰ ਆਜ਼ਾਦੀ ਦਿੱਤੀ ਨਹੀਂ ਹੋਈ। ਇਸ ਬਾਰੇ ਜਦ ਮੰਤਰੀ ਬਲਜੀਤ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਸਾਨਾਂ ਦੀ ਹਰ ਗੱਲ ਸੁਣਨ ਤੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ। ਜਥੇਬੰਦੀਆਂ ਆਪਣੀ ਗੱਲ ਵਾਰ ਵਾਰ ਰੱਖਦੀਆਂ ਹੀ ਹੁੰਦੀਆਂ ਨੇ, ਕਿਸਾਨਾਂ ਵੱਲੋਂ ਪਹਿਲੀ ਵਾਰੀ ਨਹੀਂ, ਵਾਰ ਵਾਰ ਕੋਈ ਨਾ ਕੋਈ ਨਵੀਂ ਮੰਗ ਆਈ ਹੈ। ਪੰਜਾਬ ਸਰਕਾਰ ਹਮੇਸ਼ਾ ਹੀ ਲੋਕਾਂ ਦੇ ਨਾਲ ਖੜੀ, ਅਸੀਂ ਉਹਨਾਂ ਦੀ ਵੀ ਗੱਲ ਸੁਣਾਂਗੇ, ਜੋ ਉਹਨਾਂ ਦੀ ਮੰਗ ਹੈ ਉਹ ਤੇ ਵਿਚਾਰ ਕਰਾਂਗੇ।